ਤਲਵਾੜਾ ਦੇ ਸੈਕਟਰ 3 ਦੇ ਵਾਰਡ ਨੰਬਰ 9 ਦੇ ਇੱਕ ਘਰ ਵਿੱਚ ਇੰਡੀਅਨ ਕੰਪਨੀ ਦੇ ਸਿਲੰਡਰ ਵਿੱਚ ਗੈਸ ਲੀਕ ਹੋਣ ਕਾਰਨ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਸਮਾਨ ਦਾ ਭਾਰੀ ਨੁਕਸਾਨ ਹੋਇਆ। ਅੱਗ ਲੱਗਣ ਕਾਰਨ ਘਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਬਿਜਲੀ ਦਾ ਸਮਾਨ ਵੀ ਸੜ ਗਿਆ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਕਾਬੂ ਪਾਇਆ, ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਮੌਕੇ 'ਤੇ ਪਹੁੰਚੀ ਇਲਾਕੇ ਦੀ ਕੌਂਸਲਰ ਕਲਾਵਤੀ ਨੇ ਇਸ ਨੂੰ ਗੈਸ ਸਿਲੰਡਰ ਕੰਪਨੀ ਦੀ ਗਲਤੀ ਦੱਸਿਆ। ਤਲਵਾੜਾ ਤੋਂ ਲਾਏ ਪੰਜਾਬ ਨਿਊਜ਼ ਦੇ ਪੱਤਰਕਾਰ ਸੋਨੂੰ ਥਾਪਰ ਦੀ ਵਿਸ਼ੇਸ਼ ਰਿਪੋਰਟ। ਇਹ ਜੀ ਮੈਂ ਸਿਲੰਡਰ ਅਸੀਂ ਲਾਉਂਦੇ ਸੀ ਤਾਂ ਕੀ ਸਾਦੇ ਆ, ਸਿਲੰਡਰ ਲਾਉਂਦੇ ਲਾਉਂਦੇ ਹੀ ਰੈਗੂਲੇਟਰ ਫਿਰ ਟੁੱਟ ਕੀਤਾ। ਬਾਅਦ ਦੇ ਵਿੱਚ ਜੀਰੇ ਗੈਸ ਚਲਾਉਣ ਲਈ ਚੁੱਲ੍ਹਾ ਚਲਾਇਆ ਤਾਂ ਯਕਦਮ ਹੀ ਅੱਗ ਪੈ ਗਈ, ਸਾਰੇ ਸਿਲੰਡਰ ਨੂੰ ਪਹੁੰਚ ਗਈ ਅੱਗ। ਕਿਹੜੀ ਕੰਪਨੀ ਦਾ ਸਿਲੰਡਰ ਸੀਗਾ? ਇਹ ਇੰਡੀਅਨ ਦਾ ਜੀ। ਤੁਹਾਨੂੰ ਉਹਨਾਂ ਨੇ ਸੀਲ ਚੈੱਕ ਕਰਕੇ ਦਿੱਤਾ ਸੀਗਾ ਜੀ? ਨਹੀਂ ਜੀ, ਸੀਲ ਤਾਂ ਕਿਸੇ ਨੇ ਚੈੱਕ ਕੀਤੀ ਨਹੀਂ। ਅੱਛਾ ਜੀ, ਹਾਂਜੀ। ਅਤੇ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ? ਨੁਕਸਾਨ ਹੋਣਾ ਜੀ 50-60 ਹਜ਼ਾਰ ਦਾ ਤਾਂ ਹੋ ਹੀ ਗਿਆ। ਅੱਛਾ, ਹੁਣ ਦੋ ਤਾਂ ਫੋਨ ਹੀ ਕੀ ਸਾਦੇ ਆ। ਅੱਛਾ, ਉਹ ਵੀ ਖਰਾਬ ਹੋ ਗਏ, ਸੜ ਗਏ ਉਹ ਵੀ ਵਿੱਚੇ ਹੀ। ਅੱਛਾ ਜੀ, ਫਿਰ ਆਰ ਓ ਹੀ ਇੱਕ ਉਹ ਸੜ ਗਿਆ। ਅੱਛਾ ਜੀ, ਹੋਰ ਇੱਕ ਬੋਤਲ ਸੀ 5,000 ਦੀ ਉਹ ਸੜ ਗਈ। ਅੱਛਾ ਜੀ, ਬਾਕੀ ਹੋਰ ਸਮਾਨ ਜਿੰਨਾ ਵੀ ਸੋਈ ਦਾ ਸਾਰਾ ਹੀ ਸੜ ਗਿਆ। ਟੀਵੀ ਟੂਵੀ LCD ਸਭ ਕੁਛ ਸੜ ਗਿਆ। ਇਹ ਸਾਰੇ ਸਾੜ ਉੜ ਹੋ ਗਏ ਜੀ। ਅੱਛਾ, ਮੈਂ ਕਲਾਵਤੀ, ਵਾਰਡ ਨੰਬਰ 9। ਮੇਰੇ ਗੁਆਂਢ ਵਿੱਚ ਹੀ ਕੱਲ ਦੁਪਹਿਰੇ 2:30 ਵਜੇ 1213 LT2 ਸੈਕਟਰ 3 ਦੇ ਵਿੱਚ ਪੂਰਨ ਚੰਦ ਜੀ ਭਾਈ ਸਾਹਿਬ ਇਹ ਆਪਣੇ ਸਿਲੰਡਰ ਨੂੰ ਬਦਲਣ ਲੱਗੇ ਸਨ ਤਾਂ ਸਿਲੰਡਰ ਦੇ ਵਿੱਚ ਲੀਕੀ ਸੀ। ਜਦੋਂ ਬਦਲ ਕੇ ਰੈਗੂਲੇਟਰ ਲਾ ਕੇ ਗੈਸ ਆਨ ਕੀਤਾ ਤਾਂ ਲਗਾਉਂਦੇ ਸਾਰ ਹੀ ਸਿਲੰਡਰ ਦੇ ਵਿੱਚ ਅੱਗ ਭੜਕ ਉੱਠੀ, ਜਿਹਦੇ ਕਾਰਨ ਭਿਆਨਕ ਅੱਗ ਘਰ ਦੇ ਵਿੱਚ ਲੱਗ ਗਈ। ਰਸੋਈ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ, ਰਸੋਈ ਦਾ ਪਲਾਸਟਰ ਵਗੈਰਾ ਨੂੰ ਬਹੁਤ ਨੁਕਸਾਨ ਹੋਇਆ ਔਰ ਘਰ ਦੇ ਜੋ ਘਰੇਲੂ ਸਮਾਨ ਹੈ, ਫਰਿੱਜ, ਟੀਵੀ ਵਗੈਰਾ, ਜੋ ਇਲੈਕਟ੍ਰੋਨਿਕ ਸਮਾਨ ਸੀਗਾ ਉਹ ਸਾਰਾ ਸ਼ਾਰਟ ਹੋ ਗਿਆ ਔਰ ਘਰ ਦੇ ਜੋ ਘਰੇਲੂ ਸਮਾਨ ਨੂੰ ਬਹੁਤ ਜ਼ਿਆਦਾ ਨੁਕਸਾਨ ਆਇਆ ਹੈ। ਮੈਂ ਸਮਝਦੀ ਹਾਂ ਕਿ ਇੰਡੀਅਨ ਗੈਸ ਵਾਲਿਆਂ ਦੀ ਇਹ ਸਭ ਤੋਂ ਵੱਡੀ ਅਣਗਹਿਲੀ ਹੈ, ਜੋ ਕਿ ਸਿਲੰਡਰ ਦਿੰਦੇ ਹੋਏ ਲੀਕੇਜ ਦੀ ਚੈਕਿੰਗ ਨਹੀਂ ਕਰਵਾਈ ਜਾਂਦੀ ਕਿ ਸਿਲੰਡਰ ਲੀਕ ਹੈ ਜਾਂ ਨਹੀਂ। ਮੈਂ ਅੱਗੇ ਤੋਂ ਕੰਪਨੀ ਦੇ ਵੱਲੋਂ ਮੰਗ ਕਰਦੀ ਹਾਂ ਕਿ ਹਰ ਪਰਿਵਾਰ ਨੂੰ ਸਿਲੰਡਰ ਦਿੰਦੇ ਹੋਏ ਸਭ ਤੋਂ ਪਹਿਲਾਂ ਸਿਲੰਡਰ ਦੀ ਲੀਕੇਜ ਦੀ ਚੈਕਿੰਗ ਕਰਵਾ ਕੇ ਪਰਿਵਾਰ ਨੂੰ ਲੀਕੇਜ ਦੀ ਚੈਕਿੰਗ ਕਰਵਾ ਕੇ ਸਿਲੰਡਰ ਦੇਣਾ ਚਾਹੀਦਾ ਹੈ ਔਰ ਜੋ ਇਨ੍ਹਾਂ ਦਾ ਬਣਦਾ ਮੁਆਵਜ਼ਾ ਹੈ, ਮੈਂ ਕੰਪਨੀ ਤੋਂ ਬੇਨਤੀ ਕਰਦੀ ਹਾਂ ਕੰਪਨੀ ਨੂੰ ਕਿ ਜੋ ਇਨ੍ਹਾਂ ਦਾ ਬਣਦਾ ਮੁਆਵਜ਼ਾ ਹੈ ਘਰ ਪਰਿਵਾਰ ਨੂੰ, ਇਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।